ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਮੇਰੇ ਵੀਰਾਂ ਭੈਣਾਂ ਭਰਾਵਾਂ ਮਿੱਤਰਾਂ ਬੇਲੀਆਂ ਉਮੀਦ ਕਰਨਾ ਸਾਰੇ ਵੀਰ ਭੈਣ ਭਰਾ ਅਤੇ ਮਿੱਤਰ ਬੇਲੀ ਇਹਨਾਂ ਦਾ ਸਰਵਸ ਹੋਊਗਾ ਸਾਰੇ ਮਿੱਤਰਾਂ ਦਾ ਕੰਮ ਜੀ ਆਪਣੇ ਚੈਨਲ ਕੇ ਜੀ ਰਿਐਕਸ਼ਨ ਪਾਕਿਸਤਾਨ ਦੇ ਮਿੱਤਰੋ ਅੱਜ ਦਾ ਸਾਡਾ ਗਾਣਾ ਬਈ ਸਭ ਤੋਂ ਪਹਿਲਾਂ ਤਾਂ ਸਾਡੇ ਵੀਰ ਜਿਹੜਾ ਏ ਬੀ ਚੱਠਾ ਪਾਕਿਸਤਾਨੀ ਸਿੰਗਰ ਨੂੰ ਸਭ ਤੋਂ ਪਹਿਲਾਂ ਸਾਡੇ ਵੱਲੋਂ ਜੀ ਵਧਾਈਆਂ ਕਿ ਉਹਨਾਂ ਨੇ ਐਡਾ ਚੰਗਾ ਗਾਣਾ ਮਤਲਬ ਖਾਲਸਾ ਰਾਜ ਗਾਣੇ ਦਾ ਨਾਮ ਹੈ ਅਤੇ ਖਾਲਸਾ ਰਾਜ ਮਤਲਬ ਕਿ ਜਿਹੜਾ ਸਾਡੇ ਸਿੱਖ ਵੀਰ ਨੇ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੇ ਨੇ ਕਿ ਮਤਲਬ ਇਸ ਟਾਈਮ ਆਪਣਾ ਕਿਸਾਨੀ ਦੀ ਜਿਹੜੀ ਜੰਗ ਲੜ ਰਹੇ ਨੇ ਜਿਹੜੇ ਆਪਣੇ ਕਿਸਾਨੀ ਆਪਣੀ ਪੈਲੀ ਆਪਣੀ ਜ਼ਮੀਨ ਆਪਣੀ ਮਾਂ ਉਹਦੇ ਵਾਸਤੇ ਲੜਨ ਦੇ ਨੇ ਉਹਨਾਂ ਦੇ ਉੱਤੇ ਗਾਣਾ ਬਣਾਇਆ ਉਹਨਾਂ 'ਤੇ ਖਾਲਸਾ ਰਾਜ ਮਤਲਬ ਖਾਲਸਾ ਰਾਜ ਨਾਲ ਕਿ ਸਾਰੀ ਦੁਨੀਆ 'ਤੇ ਕਿਵੇਂ ਖਾਲਸਾ ਰਾਜ ਕਰਦਾ ਇਹ ਵਿਖਾਲਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਅਸੀਂ ਲੋਕਾਂ ਨੂੰ ਕਿੰਝ ਖਾਲਸਾ ਰਾਜ ਕਰਦਾ ਅਤੇ ਬਾਕੀ ਗਾਣਾ ਮਾਣਾ ਸੁਣਨੇ ਆ ਗਾਣਾ ਮਾਣਾ ਸੁਣ ਕੇ ਅਤੇ ਗਾਣੇ ਦੇ ਵਿੱਚ ਪਤਾ ਲੱਗੇਗਾ ਕਿ ਕੀ ਗੱਲਬਾਤ ਕੀਤੀ ਭਾਈ ਏ ਬੀ ਚੱਠੇ ਨੇ ਅਤੇ ਗਾਣਾ ਸੁਣ ਕੇ ਸਾਰੇ ਵੀਰ ਜਿਹੜੇ ਨੇ ਰਲ ਮਿਲ ਕੇ ਐਕਸਪਲੇਨ ਦਿਆਂਗੇ ਅਤੇ ਗਾਣਾ 'ਚ ਕੀ ਹੈ ਜੀ ਲੈਟ ਗੈਟ ਸ਼ੁਰੂ ਕਰ ਦਿਓ ਤੋੜ ਕੇ ਪੰਜਾਬ ਫਿਰ ਵੀ ਨਾ ਆਇਆ ਚੈਨ ਸਰਕਾਰਾਂ ਹਾਲੇ ਤਾਈਂ ਹਲਕੇ
ਦੁਨੀਆ ਦੇਖੋਗੇ ਕਿਵੇਂ ਰਾਜ ਕਰਦਾ ਖਾਲਸਾ ਹੈ ਜੀ। ਚੱਠਾ ਰੈਕਰਡ ਦੇ ਉੱਤੇ ਬਈ ਗਾਣਾ ਅਪਲੋਡ ਹੋਇਆ ਬਈ ਸਾਡਾ ਇਹ ਪਾਕਿਸਤਾਨੀ ਚੱਠਾ, ਇਹ ਵੀ ਚੱਠਾ ਨਾਮ ਹੈ ਜਿਹਨਾਂ ਦਾ ਜਾਣਦਾ ਹਰ ਵੀਰ ਨੂੰ ਜਾਣਦਾ ਕਿ ਜਿਹਨਾਂ ਨੇ ਬਾਗੀ ਪੰਜਾਬ ਗਾਣਾ ਲਿਖਿਆ ਸੀ, ਗਾਇਆ ਸੀ ਆਪਣੀ ਆਵਾਜ਼ ਦੇ ਵਿੱਚ, ਅਤੇ ਉਹਨਾਂ ਦਾ ਬਲਾਕ ਵੀ ਹੋਇਆ ਸੀ, ਉਹਨਾਂ ਦੱਸਿਆ ਗਾਣੇ ਦੇ ਵਿੱਚ ਬਕਾਇਦਾ ਉੱਤੇ ਲਾਇਨ ਲਾ ਕੇ ਟੋਪੀ ਕਰ ਰੱਖੇ। ਜਿਹੜਾ ਓਰੀਜਨਲ ਲਿੰਕ ਇਹਦਾ ਡਿਸਕ੍ਰਿਪਸ਼ਨ 'ਚ ਪਿਆ ਹੋਗਾ, ਉੱਥੇ ਵੀਰ ਜਾ ਕੇ ਵੇਖ ਸਕਦੇ ਨੇ, ਕੋਈ ਮੁਸ਼ਕਲ ਨਹੀਂ ਹੈਗੀ। ਬਹੁਤ ਵਿੱਚ ਵੀ ਹਰ ਸ਼ਾਇਰ ਨੂੰ ਵਿਖਾ ਲਈ ਕਿ ਸਰਕਾਰਾਂ ਜਿਹੜੀਆਂ ਨੇ ਸਾਨੂੰ ਇਹਨਾਂ ਨੇ ਪੰਜਾਬ ਵੱਖ ਕਰਕੇ ਹਜੇ ਵੀ ਸਾਨੂੰ ਨਹਾਲ ਕੇ ਕੁੱਤੇ ਹਾਲ ਵੱਢਣ ਪੈਂਦੀਆਂ ਨੇ, ਸਾਨੂੰ ਨਹੀਂ ਛੱਡਦੀਆਂ ਪਈਆਂ ਨਾ ਸਰਕਾਰਾਂ ਨੇ ਇਸ ਕੰਮ ਤੋਂ ਬਾਅਦ ਆਉਣਾ, ਅਤੇ ਇਹਨਾਂ ਦਾ ਹੁਣ ਇਲਾਜ ਜਿਹੜਾ ਕਲਮ ਦੇ ਰਾਹੀਂ ਕਰਨਾ ਪੈਣਾ, ਲਿਖ ਲਿਖ ਕੇ ਡਾਈ ਆਉਣੀ, ਹਰ ਸ਼ਾਇਰ ਢਾਈ ਆਉਣੀ, ਇਹਨਾਂ ਦੇ ਫਰਕ ਹੈ ਮਤਲਬ। ਅਤੇ ਹੁਣ ਸਾਡੀ ਕਲਮ 'ਚ ਵੀ ਸਾਡਾ ਗਾਣਾ ਹੁੰਦਾ, ਗਾਣਾ ਹਰ ਕੋਈ ਲਿਖਦਾ ਪਰ ਗਾ ਕੇ ਉੱਤੇ ਖਲੋਂਦਾ ਕੋਈ ਕੋਈ, ਉਹਨੇ ਚੜ੍ਹਦੇ ਦੇ ਨਾਲ ਜਿਹੜਾ ਉਹਦਾ ਸਾਡਾ ਵੀਰ ਚੜ੍ਹਦਾ ਪੰਜਾਬ ਵੀਰ ਸਾਡਾ ਰਹਿੰਦੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੰਝ ਖੜਾ ਜਿਵੇਂ ਹਰਿਆਣੇ ਨਾਲ ਮਾਨਸਾ ਖੜਾ ਕੇ, ਮਤਲਬ ਹਰਿਆਣਾ ਦੇ ਮਾਨਸਾ ਜਿਹੜੇ ਨੇ ਉਹ ਆਪੋ 'ਚ ਭਾਈ ਭਾਈ ਨੇ ਨਾ, ਜਿਵੇਂ ਹੁਣ ਹਰਿਆਣਾ ਪੰਜਾਬੀ ਭਾਈ ਭਾਈ ਜਿਵੇਂ ਹੋ ਗਏ ਨੇ, ਮਤਲਬ ਕਿ ਗਏ ਨੇ ਉੱਥੇ ਜਾ ਕੇ ਬੈਠੇ ਖਲੋਤੇ ਨੇ ਧਰਨੇ ਦੇ ਵਿੱਚ, ਉਹਨਾਂ ਦੀ ਮੁਲਾਕਾਤ ਹੋਈ ਇੱਕ ਦੂਜੇ ਨਾਲ, ਗੱਲਬਾਤ ਹੋਈ, ਉਹਨਾਂ ਨੂੰ ਪਤਾ ਲੱਗਿਆ ਬਈ ਸਾਡੇ ਆ ਕੰਮ ਕਰਨੇ, ਸਾਡੇ ਆ ਪੰਜਾਬੀ ਜਿਹੜੇ ਨੇ ਸਾਡੇ ਵਿੱਚੋਂ ਗਏ ਨੇ, ਇਹ ਸਾਡਾ ਹੀ ਖੂਨ ਹੈ, ਸਾਡੇ ਭੈਣ ਭਰਾ ਨੇ, ਤਾਂ ਹੁਣ ਇੱਕ ਹੋ ਗਏ ਨੇ, ਮਤਲਬ ਉਹਨਾਂ ਦੀ ਮਿਸਾਲਾਂ ਦਿੱਤੀਆਂ ਜਾਂਦੀਆਂ। ਉਹ ਜਿਹੜੇ ਦੱਸਿਆ ਚੜ੍ਹਦੇ ਆ, ਜਿਹੜਾ ਚੜ੍ਹਦਾ ਵੀਰ ਸਾਡਾ ਮਾਰੇ ਵਾਹ ਸਾਡੇ ਲੈਂਦੇ ਨੂੰ, ਅਤੇ ਅਸੀਂ ਮੋਢੇ ਨਾਲ ਮੋਢਾ ਲਾ ਕਰਾਂਗੇ ਸਕੇ ਵੀਰ ਬਣ ਕੇ, ਅਤੇ ਜੰਗ ਦੀ ਤਿਆਰੀ ਕਰੋ, ਮਤਲਬ ਮੁੜ ਕੇ ਆਪਣਾ ਮੁਲਕ ਜਿਹੜਾ ਦੇਸ਼ ਜਿਹੜਾ ਮਤਲਬ ਵੱਖਰਾ ਇੱਕ ਪੰਜਾਬ ਦੇਸ਼ ਜਿਹੜਾ ਵੱਖਰਾ ਵਸਾਈਏ ਆਪਣਾ ਖਾਲਿਸਤਾਨ ਜਿਹੜਾ ਨੇ, ਦੁਨੀਆ ਵੇਖੇਗੀ ਹੁਣ ਕਿਵੇਂ ਖਾਲਸ ਕਰਦਾ ਰਾਜ ਦਾ, ਮਤਲਬ ਕਿ ਖਾਲਸਾ ਜਿਹੜਾ ਸਿੱਖ ਬਾਈ ਜਿਹੜੇ ਨੇ ਕਿਵੇਂ ਰਾਜ ਕਰਦੇ ਨੇ, ਦੁਨੀਆ ਨੂੰ ਵਿਖਾਲਣਾ, ਦੁਨੀਆ ਨੂੰ ਦਿਖਾਲਣਾ ਹੈ ਕਿ ਅਸਾਂ ਬਈ ਇੰਝ ਜਿਹੜੇ ਸਾਡੇ ਸਿੱਖ ਵੀਰ ਨੇ ਸਾਡੇ ਖਾਲਸਾ ਰਾਜ ਨੇ ਉਹ ਇਸ ਤਰੀਕੇ ਨਾਲ ਕਰਦੇ ਨੇ। ਬਾਕੀ ਗਾਣੇ ਦੇ ਵਿੱਚ ਮੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਹ ਦੱਸੀਆਂ ਗਈਆਂ, ਅਤੇ ਬਾਕੀ ਜਿਹੜਾ ਗਾਣੇ ਦੇ ਵਿੱਚ ਜਿਹੜੀ ਸੋਚ ਹੈ ਬਾਈ ਇਹ ਵੀ ਚੱਠੇ ਦੀ ਬਹੁਤ ਹੀ ਆਲਾ ਯਾਰ, ਬਹੁਤ ਹੀ ਕਮਾਲ ਸੋਚ ਹੈ ਕਿ ਮਤਲਬ ਇੱਕ ਦੁਨੀਆ ਤੋਂ ਹੱਟ ਕੇ ਇੱਕ ਅਲੈਹਦਾ ਪੈਗਾਮ ਦਿੰਦੇ ਨੇ, ਅਲੈਹਦਾ ਇੱਕ ਗੱਲ ਕਰਦੇ ਨੇ, ਅਲੈਹਦਾ ਕੰਮ ਕਾਰ ਕਰਦੇ ਨੇ ਕਿ ਮਤਲਬ ਇੱਥੇ ਪਾਕਿਸਤਾਨ 'ਚ ਰਹਿੰਦੇ ਆਇਆ ਉਹਨਾਂ ਐਡੀ ਵੱਡੀ ਸਪੋਰਟ, ਕਿ ਮਤਲਬ ਜਿਹੜੇ ਸਾਡੇ ਇੰਡੀਆ 'ਚ ਵੀਰ ਨੇ ਸਾਡੇ 2% ਵੀਰ ਸਿੱਖ ਜਿਹੜੇ ਨੇ ਉਹਨਾਂ ਦੀ ਫੇਵਰ ਦੇ ਵਿੱਚ ਐਡੀਆਂ ਵੱਡੀਆਂ ਅਤੇ ਐਡੀਆਂ ਤਬਾਹੀ ਦੀਆਂ ਗੱਲਾਂ ਕੀਤੀਆਂ ਯਾਰ, ਜਿਨ੍ਹਾਂ ਦੇ ਲਈ ਲਫ਼ਜ਼ ਹੀ ਹੈ ਨਹੀਂ ਕਿ ਬੰਦਾ ਇਹਨਾਂ ਦਾ ਕੋਈ ਤਰੀਕੇ ਨਾਲ ਤਰਜਮਾ ਕਰ ਸਕੇ ਜਾਂ ਬੰਦੇ ਨੂੰ ਸਮਝਾ ਸਕੇ। ਬਹਰਹਾਲ ਗਾਣਾ ਜਿਹੜਾ ਸੀ ਬਹੁਤ ਅੱਛਾ ਸੀ, ਅਤੇ ਖਾਲਸਾ ਰਾਜ ਜਿਹੜਾ ਬਾਈ ਉਹ ਵਾਕਈ ਦੁਨੀਆ ਦੇਖੇਗੀ, ਬਸ ਹੁਣ ਦੂਰ ਨਹੀਂ ਹੈਗੀ, ਹੁਣ ਆਪਣੇ ਵੋਟ ਪਾਵਾਂਗੇ ਜਿਵੇਂ ਬਾਈ ਇਹ ਵੀ ਚੱਠੇ ਦੱਸਿਆ ਕਿ ਆਪਣੇ ਵੋਟ ਪਾ ਕੇ ਆਪਣੀਆਂ ਇਲੈਕਸ਼ਨਾਂ ਜਿਹੜੀਆਂ ਕਰਕੇ ਆਪਣੀ ਸਰਕਾਰ ਚੁਣ ਕੇ ਅਸੀਂ ਆਪਣੇ ਪੰਜਾਬ ਵੱਲ ਆਪਣਾ ਖਾਲਿਸਤਾਨ ਜਿਹੜਾ ਵੱਖਰਾ ਰੱਖੋ ਜਿਹੜਾ ਕਰਾਂਗੇ, ਅਤੇ ਆਪਾਂ ਦੋਵੇਂ ਵੀਰ ਜਦੋਂ ਮਰਜ਼ੀ ਆ ਜਾ ਸਕਦੇ ਹਾਂ, ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਕਿਸਮ ਦੇ, ਕੋਈ ਫਿਕਰ ਨਹੀਂ, ਫਾਕਾ ਨਹੀਂ। ਅਤੇ ਸਰਕਾਰਾਂ ਜਿਹੜੀਆਂ ਸਰਕਾਰਾਂ ਹੁਣ ਗੋਲੀ ਦੇ ਹੱਕਦਾਰ ਨੇ, ਅਤੇ ਹੁਣ ਮੇਰੇ ਖਿਆਲ ਨਾਲ ਸਬਰ ਜਿਹੜਾ ਇਸ ਤੋਂ ਬਾਅਦ ਤਾਂ ਨਹੀਂ ਕੋਈ ਹੁੰਦਾ, ਬਹਰਹਾਲ ਫਿਰ ਵੀ ਹੈ ਸਬਰ ਕਰਨਾ ਚਾਹੀਦਾ ਸਾਨੂੰ, ਅਤੇ ਸਬਰ ਕਰਕੇ ਆਪਾਂ ਤਾਂ ਫਿਰ ਹੀ ਕੰਮ ਕਰਾਂਗੇ। ਅਤੇ ਬਾਕੀ ਆਪਣਾ ਰਿਐਕਸ਼ਨ ਇੰਨਾ ਹੀ ਆ, ਉਮੀਦ ਆ ਮਿੱਤਰਾਂ ਪਸੰਦ ਵੀ ਆਏਗਾ, ਸਾਰੇ ਮਿੱਤਰਾਂ ਨੇ ਜਾਗਰੂਕ ਕੀਤਾ ਗਾ, ਸਾਰੇ ਮਿੱਤਰਾਂ ਨੇ ਭੈਣਾਂ ਨੇ ਭਰਾਵਾਂ ਨੇ ਬੇੜੀਆਂ ਨੇ ਆਪਣੇ ਚਾਚੇ ਮਾਮੇ ਫੁੱਟੀਆਂ ਤਾਈਆਂ ਨਾਨੀਆਂ ਨਾਨੇ ਮਾਮੀਆਂ ਮਾਸਰਾਂ ਮੇਰਾ ਫੇਰਾਂ ਲੇਰਾਂ ਮਸੀਤਾਂ ਮਸਾਲਾ ਕੋਲ ਜਾ ਕੇ ਸਾਡਾ ਭਾਰਾ ਵਾਲਾ ਭਾਰਾ ਵੇਖੋ ਭਾਰੇ ਜਿਹੜੇ ਨੇ ਭਾਰੇ ਨੇ ਭਾਰਾ ਨਾਲ ਤੁਸੀਂ ਕਰੋ ਭਾ ਪਾ ਰਹੀ ਹੈ ਭਾ ਘਰ ਬਗਾਠੇ ਆਪਣੇ ਪਾਠ ਦੇ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ, ਆਪਣੇ ਪਾਠ ਨੂੰ ਜਲਦ ਦਿਓ ਜੀ ਸਾਡੇ ਵੱਲੋਂ। ਅੱਲਾ ਹਾਫਿਜ਼।